ਕੈਬਨਿਟ ਮੰਤਰੀ ਅਸੀਂ ਆਪਣੇ ਤ੍ਰਿਪਤ ਰਾਜਿੰਦਰ ਸਿੰਘ ਦਾ ਫੈਸਲਾ ਬਾਜਵਾ ਦੀ ਫਤਿਹਗੜ੍ਹ ਚੂੜੀਆਂ 'ਚ ਆਪਣੇ ਹਲਕੇ ਦਾ ਫੈਸਲਾ, ਕਿਉਂਕਿ ਤੁਸੀਂ ਆਪਣੇ ਸਾਰੇ ਸ਼ਹਿਰ ਦੇ ਬਾਜਵਾ ਨੇ ਉਹ ਦੱਸਿਆ ਲੋਕ ਕਿ ਬੈਠੇ ਹੋ ਵਿੱਚ ਵਿਕਾਸ ਕਰਨ ਵਿੱਚ ਕੋਈ ਜਿਨ੍ਹਾਂ ਨੂੰ ਕਮਜ਼ੋਰ ਦੇ ਵਿੱਚ ਉਹ ਯਾਦਾਂ ਨੇ ਅਤੇ ਹਾਲੀ ਵੀ ਵਿਕਾਸ ਦੇ ਕੰਮ ਭਰੀ ਚੱਲ ਰਹੇ ਹਨ। ਸਾਥੀ ਨੇ ਵਿਰੋਧੀਆਂ ਦੇ ਵਰਤਦੇ ਹੋਏ ਬਾਜਵਾ ਨੇ ਕਿਹਾ ਕਿ ਸਾਡੇ ਖਿਲਾਫ ਕੂੜ ਪ੍ਰਚਾਰ ਕਰਨ ਦਾ ਕੋਈ ਫਾਇਦਾ ਨਹੀਂ, ਲੋਕ ਵਿਕਾਸ ਦੇ ਕੰਮਾਂ ਤੇ ਮੋਹਰ ਲਾਉਣਗੇ। ਆਓ ਜਾਣੋ ਹੋਰ ਕੀ ਕਿਹਾ ਮੰਤਰੀ ਬਾਜਵਾ ਨੇ। ਬੜੀ ਚੰਗੀ ਸ਼ੁਰੂਆਤ ਆਈ ਹੈ ਸ਼ਹਿਰ ਦੇ ਵਿੱਚ, ਸਾਰੀ ਕਾਂਗਰਸ ਇਕਮੁੱਠ ਹੋ ਕੇ ਇਹਨਾਂ ਨੇ ਸ਼ਹਿਰ ਦੀ ਇਲੈਕਸ਼ਨ ਜਿੱਤਣ ਲਈ, ਫਤਿਹਗੜ੍ਹ ਚੂੜੀਆਂ ਇਲੈਕਸ਼ਨ ਜਿੱਤਣ ਦਾ ਇੱਕ ਇਰਾਦਾ ਕੀਤਾ। ਉਹ ਸਮਾਂ ਪਿੱਛੇ ਰਹਿ ਗਿਆ ਜੀ, ਚੰਨੀ ਜੀ ਚੀਫ ਮਿਨਿਸਟਰ ਬਣੇ ਹੋਏ ਨੇ ਅਤੇ ਚੰਨੀ ਦੀ ਲੀਡਰਸ਼ਿਪ ਥੱਲੇ ਅਸੀਂ ਇਲੈਕਸ਼ਨ ਲੜ ਰਹੇ। ਬਹੁਤ ਵਧੀਆ ਹੰਗਾਰਾ ਮਿਲੇਗਾ ਜੀ, ਕਾਂਗਰਸ ਬਿਲਕੁਲ ਇਕਜੁੱਟ ਸੀਗੀ, ਇਕਜੁੱਟ ਹੋਈ ਆ। ਇੱਕ ਦੋ ਵਿੱਚੋਂ ਗੱਲਾਂ ਮਾੜੀਆਂ ਮੋਟੀਆਂ ਹੁੰਦੀਆਂ ਨੇ ਪਰ ਸਾਰੇ ਇਕੱਠੇ ਨੇ, ਕਾਂਗਰਸ ਦੇ ਵਫ਼ਾਦਾਰ ਸਿਪਾਹੀ ਨੇ ਅਤੇ ਕਾਂਗਰਸ ਜਿੱਤ ਲਈ ਹਰ ਮੁਮਕਿਨ ਕੋਸ਼ਿਸ਼ ਕਰਨਗੇ। ਮੇਰਾ ਤਾਂ ਖਿਆਲ ਕੋਈ ਟੱਕਰ ਹੋਣੀ ਨਹੀਂ ਚਾਹੀਦੀ, ਸਿੱਧੂ ਸਾਹਿਬ ਬੜੇ ਸ਼ਾਨੋ ਸ਼ਕਤ ਜਿੱਤ ਗਜਬੰਦੀ। ਦਿਵਿਆ ਪੰਜਾਬ ਟੀਵੀ ਫਤਿਹਗੜ੍ਹ ਚੂੜੀਆਂ। ਵਿਗੜੀ ਪਈ ਹੈ ਨਹੀਂ, ਇਹ ਬਿਲਕੁਲ ਇਕੱਠੇ ਨੇ, ਜਿਸ ਤਰ੍ਹਾਂ ਨਾਲ ਪਹਿਲਾਂ ਦੀਆਂ ਇਲੈਕਸ਼ਨਾਂ ਲੱਗੀਆਂ ਉਸ ਤਰ੍ਹਾਂ ਲੜਨਗੇ। ਬਾਕੀ ਲੰਬੀਆਂ ਗੱਲਾਂ ਕੀ ਹੋਇਆ ਫਤਿਹਗੜ੍ਹ ਚੂੜੀਆਂ 'ਚ, ਕੀ ਨਹੀਂ ਹੋਇਆ ਇਹ ਅਗਲੀ ਮੀਟਿੰਗ 'ਚ ਕਰਾਂਗੇ। ਤੁਹਾਡੇ ਕੋਲ ਇੰਨੇ ਕਿਹਦਾ ਜਾਇਜ਼ ਨਾਲ ਜਾਇਜ਼